ਕਹਿੰਦਾ ਡੈਲਸ ਤੋਂ ਬਿਨਾ ਸੁੱਤੇ ਸੈਂਕੜਾ ਮਿੰਟ ਆਉਂਦਾ ਰਿਹਾ ਮੈਂ ਤੈਨੂੰ ਮਿਲਦਾ ਮਾਰਾ ਦੋ ਦੋ ਘੰਟੇ ਖੜਾ ਰਹਿੰਦਾ ਸੀ ਅਰੀਨਾ ਵਾਲੀ ਸਟਾਰਬਕ ਤੇ ਤੂੰ ਆਉਂਦੀ ਨਹੀਂ ਸੀ ਲਾ ਕੇ ਲਾਰਾ ਢਾਈ ਸਾਲ ਮੈਂ ਤੇਰੇ ਪਿੱਛੇ ਗਾਰ ਤੇ ਹੋ ਗਈ ਨਰਕਾਂ ਨਾਲ ਭੇੜੀ ਜੂਨ ਜਦੋਂ ਨਵਿਆਂ ਫਰਿੰਡਾਂ ਨੂੰ ਮੈਸੇਜ ਸੈਂਡ ਕਰਦੀਆਂ ਇਹ ਵੀ ਤੈਨੂੰ ਮੈਂ ਲੈ ਕੇ ਦਿੱਤਾ ਹੀ ਫੋਨ ਵੱਡਿਆਂ ਘਰਾਂ ਨਾਲ ਤੇਰੇ ਹੱਥ ਜੁੜ ਗਏ ਤਾਈਓ ਹੁਣ ਬੱਠਲ ਮੂਹਤਾ ਵੱਜ ਗਿਆ ਤੇਰੀ ਮੱਤ ਤੇ ਪਹਿਲੀ ਮੁਲਾਕਾਤ ਚੇਤੇ ਕਰ ਜਦੋਂ ਮਿਲੀ ਸੀ ਪੀਜ਼ਾ ਹੱਟ ਤੇ ਮੇਰੀਆਂ ਕਾਡਾਂ ਤੇ ਚੱਕੀਆਂ ਤੂੰ ਮੇਰੀ ਸੀ ਜੋ ਖੁੱਚੀ ਦੀਆਂ ਜੀਨਾਂ ਅਰਮਾਨੀ ਦੀਆਂ ਐਨਕਾਂ ਦੇ ਸ਼ੀਸ਼ੀਆਂ ਸਲਿੰਦ ਦੇ ਸੈਂਟ ਦੀਆਂ ਤਿੰਨ ਟੁੱਟੀਆਂ ਕਿਸ਼ਤਾਂ ਵੀ ਮੈਂ ਮੋੜੀਆਂ ਤੇਰੀ ਅਪਾਰਟਮੈਂਟ ਦੀਆਂ ਇਹਨਾਂ ਚੀਜ਼ਾਂ ਦਾ ਤੈਥੋਂ ਸਾਹ ਮੰਗਣਾ ਮੇਰੇ ਖੂਨ ਦੀ ਕੱਲੀ ਕੱਲੀ ਕੈਂਤਰ ਨੇ ਤੂੰ ਰੰਡਿਆਲੇ ਵਾਲੇ ਨਾਲ ਐਂ ਕੀਤੀ ਆ ਜਿਵੇਂ ਪੰਜਾਬ ਨਾਲ ਕੀਤੀ ਆ ਸੈਂਕਰ ਨੇ ਰਾਜਵਿੰਦਰ ਸਿੰਘ ਰੰਡਿਆਲਾ ਠੇਠ ਪੰਜਾਬੀ ਦੀ ਗੱਲ ਕਰਦਾ ਰੰਡਿਆਲੇ ਵਾਲੇ ਲਈ ਇੱਕ ਵਾਰੀ ਤਾੜੀਆਂ ਮਾਰ ਦਿਓ ਜਿਹੜੇ ਜਿਹੜੇ ਦਿਲੋਂ ਪਿਆਰ ਕਰਦੇ ਨੇ ਬਹੁਤ ਬਹੁਤ ਧੰਨਵਾਦ ਫਾਈਨਲ ਆ ਵੀਰ ਜੀ ਗਰਾਊਂਡ ਕਲੀਅਰ ਕਰ ਦਿਓ ਜੀ ਮਿਹਰਬਾਨੀ ਕਰਕੇ ਰਲ ਮਿਲ ਕੇ ਆਪਾਂ ਫਾਈਨਲ ਗਰਾਊਂਡ ਖਾਲੀ ਕਰ ਦਿਓ ਮੇਰਾ ਬਾਈ ਗਰਾਊਂਡ ਖਾਲੀ ਕਰ ਦਿਓ ਕਹਿੰਦਾ ਉਹ ਪਿੰਡ ਮੇਰਾ ਜਿੱਥੇ ਝੂਲਦੇ ਆ ਖਾਲਸੇ ਦੇ ਨਿਸ਼ਾਨ ਉਹ ਪਿੰਡ ਮੇਰਾ ਜਿੱਥੋਂ ਦੇ ਗੱਭਰੂਆਂ ਦੇ ਡੌਲਿਆਂ ਪੱਟਾਂ ਵਿੱਚ ਜਾਣ ਉਹ ਪਿੰਡ ਮੇਰਾ ਜਿੱਥੇ ਘਰ ਘਰ ਖੜੀਆਂ 18 ਚੱਕੀਆਂ ਉਹ ਪਿੰਡ ਮੇਰਾ ਜਿੱਥੇ ਵਸਦੀਆਂ ਮਿਹਨਤੀ ਤੇ ਸਿਰੜੀ ਚੱਟੀਆਂ ਉਹ ਪਿੰਡ ਮੇਰਾ ਜਿੱਥੇ ਢਾਡੀ ਗਾਉਂਦਿਆਂ ਮਰਦਾਂ ਦੀਆਂ ਵਾਰਾਂ ਉਹ ਪਿੰਡ ਮੇਰਾ ਜਿੱਥੇ ਸਿਰ ਤੋਂ ਚੁੰਨੀ ਨਹੀਂ ਲਾਉਂਦੀਆਂ ਨਾਰਾਂ ਉਹ ਪਿੰਡ ਮੇਰਾ ਜਿੱਥੇ ਕਿੱਲੇ 'ਚੋਂ 11 ਫੁੱਟੀ ਭਰਦੀ ਹੈ ਉਹ ਪਿੰਡ ਮੇਰਾ ਜਵਾਨੀ ਜਿੱਥੋਂ ਦੀ ਗੱਲਾਂ ਪਿੰਡਰਾਂ ਵਾਲੇ ਦੀਆਂ ਕਰਦੀ ਹੈ ਉਹ ਪਿੰਡ ਮੇਰਾ ਜਿੱਥੇ ਰੰਡਿਆਲੇ ਹੋਣੀ ਕੌਡੀ ਕਰਾਉਂਦੇ ਆ ਭਾਰੀ ਤੇ ਉਹ ਪਿੰਡ ਮੇਰਾ ਜਿੱਥੇ 855 ਨੂੰ ਅੱਖਾਂ ਮਾਰਦੀ ਆ ਸਫਾਰੀ ਅੱਖਾਂ ਮਾਰਦੀ ਆ ਸਫਾਰੀ ਮੇਲਾ ਹੀ ਇਹਦੇ ਕਰਕੇ ਦੇਖਣ ਹੋਈ ਜਾਂਦਾ ਤੇ ਆਪਣਾ ਚੰਦ ਪੁਰਾਣੇ ਤੋਂ ਜਿਹੜਾ ਪਲੇਅਰ ਆ ਮੁੰਡਾ ਉਹਦੇ ਸੱਟ ਲੱਗੀ ਸੀਗੀ ਹਾਫ ਟਾਈਮ ਦੇ ਵਿੱਚ ਅਸੀਂ ਗੇੜਾ ਲਾਉਣਾ ਪਲੀਜ਼ ਜਿੰਨੀ ਵੀ ਹੌਸਲਾ ਅਫਜ਼ਾਈ ਹੋ ਸਕਦੀ ਉਹਦੀ ਕਰਿਓ ਜ਼ਰੂਰ ਤੁਹਾਡਾ ਥੈਂਕ ਯੂ ਸਾਰਿਆਂ ਦਾ ਮੁੰਡਾ ਹਾਫ ਟਾਈਮ ਦੇ ਵਿੱਚ ਗੇੜਾ ਲਾਊਗਾ ਪਲੀਜ਼ ਉਹਦੀ ਆਪਾਂ ਹੌਸਲਾ ਅਫਜ਼ਾਈ ਕਰਨੀ ਹੈ ਜਿੰਨੀ ਵੀ ਹੋਵੇ